कोरोना के चलदे स्कूल कॉलेज बंद होए ऑनलाइन सिक्ख्या शुरू हुई जो एक नवा ट्रेंड सी। इसलिए हर बच्चे दे कोल मोबाइल होना अते हाई स्पीड इंटरनेट होना बेहद जरूरी सी। लेकिन कुछ लोग हर महीने का इंटरनेट खर्चा भी नहीं उठा सकते सन, तो इसलिए संगरूर दे धूरी दे रहने वाले पुष्पेंद्र शर्मा ने दिवाली उत्ते अपने मोहल्ले दे लोगों नूं एक तोहफा दिता। पुष्पेंद्र संगरूर दे धूरी वार्ड नंबर 2 मोहल्ले दे एमसी हन। उन्हां दे इस मोहल्ले विच सब तो ज़्यादा घर गरीबी रेखा दे हेठां वाले लोगों दे हन, जिन्हां दे बच्चे ऑनलाइन सिक्ख्या लई हर रोज़ दा इंटरनेट दा खर्चा नहीं उठा सकते। अक्तूबर विच स्कूल खुलण दीआं उम्मीदां भी खत्म हो गईआं, तां इसलई उन्होंने अपने पूरे मोहल्ले नूं वाईफाई हाई स्पीड इंटरनेट देण दा सोचिआ, जिस दा पूरा खर्चा उन्होंने अपनी जेब तो चुकिआ। मोहल्ले विच 500 तो ज़्यादा घर हन अते हर घर तक हुण हाई स्पीड इंटरनेट दी सहूलत फ्री विच उपलब्ध है। एमसी पुष्पेंद्र शर्मा ने इस बारे गल करदिआं दस्सिआ कि उन्हां दे अपने मोहल्ले विच सब तो ज़्यादा घर गरीब लोकां दे हन जो इंटरनेट दा खर्चा नहीं उठा सकते। तां उन्हां ने अपने दोस्तां दे नाल गलबात कीती, जिस दे बाद इह फैसला लिया कि पूरे मोहल्ले नूं अपनी जेब तो खर्च करके फ्री वाईफाई दिता जावे। इस मोहल्ले विच 500 तो ज़्यादा घर हन अते इस वाईफाई रूटर नूं कोई भी पासवर्ड नहीं लगाया गया। मैं जी देखो इस मोहल्ले दा एमसी होण दे नाते सारा ही मेरा वार्ड मेरा अपने परिवार वर्गा ही है। इत्थे ही मैं जम्मिया पलिया हाँ, इत्थे ही खेडे हाँ, इत्थे ही बड़े हुए हाँ। सो इस नूं देखते हुए जदों मोहल्ला निवासियां ने मैनूं एमसी बनाया तां असीं पहलां तां मोहल्ले दीआं जो कि बेसिक जरूरतां सी ओह सारियां पूरियां कीतियां, गलियां नालियां होर सारे काम करवाए, जो कि अज इह वार्ड 100% कंप्लीट हो चुक्या है सारे कामां पक्खों। उस तों बाद जदों लॉकडाउन दी स्थिति बनी, कोविड ने आपदा कहर दिखाया, तां सानूं ਇਹ ਮਹਿਸੂਸ ਹੋਇਆ ਸਕੂਲ ਕਾਲਜ ਬੰਦ ਹੋਣ ਕਾਰਨ ਸਾਡੇ ਜਿਹੜੇ ਵਾਰਡ ਦੇ ਅੱਧੇ ਬੱਚੇ ਸੀਗੇ ਉਹ ਸਿੱਖਿਆ ਕਨੀਓ ਵਾਂਝੇ ਸੀਗੇ। ਇਸ ਨੂੰ ਦੇਖਦੇ ਹੋਏ ਸਾਨੂੰ ਇਸ ਦੀ ਜ਼ਰੂਰਤ ਮਹਿਸੂਸ ਹੋਈ, ਕਿਉਂਕਿ ਕਈ ਪਰਿਵਾਰ ਇਹੋ ਜਿਹੇ ਨੇ ਜੋ ਨੈੱਟ ਪੈਕ ਵਗੈਰਾ ਨਹੀਂ ਪਵਾ ਸਕਦੇ ਅਤੇ ਨੈੱਟ ਅਫੋਰਡ ਨਹੀਂ ਕਰ ਸਕਦੇ। ਇਸ ਨੂੰ ਦੇਖਦੇ ਹੋਏ ਸਾਨੂੰ ਇਹ ਜ਼ਰੂਰਤ ਮਹਿਸੂਸ ਹੋਈ ਵੀ ਕਿਉਂ ਨਾ ਬੱਚਿਆਂ ਲਈ ਕੁਝ ਕੀਤਾ ਜਾਵੇ। ਇਸ ਦੇ ਮੱਦੇਨਜ਼ਰ ਅਸੀਂ ਸਾਰੇ ਯਾਰਾਂ ਦੋਸਤਾਂ ਦੀ ਰਾਏ ਲੈ ਕੇ ਇਹ ਪਲੈਨ ਬਣਾਇਆ ਅਤੇ ਅੱਜ ਤੁਹਾਡੇ ਸਾਹਮਣੇ ਹੈ। ਜੋ ਵੀ ਹੈ ਅਸੀਂ ਸਾਰੇ ਵਾਰਡ ਨੂੰ ਫ੍ਰੀ ਵਾਈਫਾਈ ਕੀਤਾ ਹੈ, ਜਿਸ ਨੂੰ ਕਿ ਸਿੱਖਿਆ ਜੋ ਕਿ ਬਹੁਤ ਹੀ ਜ਼ਰੂਰਤ ਹੈ ਅੱਜ ਦੀ, ਕਿਉਂਕਿ ਸਕੂਲ ਕਾਲਜ ਬੰਦ ਹੋਣ ਕਾਰਨ ਸਾਰੇ ਬੱਚੇ ਵਿਦਿਆਰਥੀ ਘਰ ਬੈਠੇ ਹਨ ਅਤੇ ਔਨਲਾਈਨ ਕਲਾਸਾਂ ਚੱਲਦੀਆਂ ਹਨ। ਦੇਖੋ ਜੀ ਅਸੀਂ ਸਾਰੇ ਵਾਰਡ ਦੇ ਵਿੱਚ 25 ਦੇ ਕਰੀਬ ਹੌਟਸਪੋਟ ਵਾਲੇ ਜਿਹੜੇ ਮੋਡਮ ਲਗਾਏ ਹਨ ਅਤੇ ਇਹਨਾਂ ਬੱਚਿਆਂ ਦੀ ਸਿੱਖਿਆ ਲਈ ਕੋਈ ਖਰਚਾ ਇਹ ਮਾਇਨੇ ਨਹੀਂ ਰੱਖਦਾ। ਜਿੰਨਾ ਵੀ ਖਰਚਾ ਆਇਆ ਉਹ ਅਸੀਂ ਚੱਕਾਂਗੇ, ਸਿੱਖਿਆ ਮੂਹਰੇ ਖਰਚੇ ਦੀ ਅਸੀਂ ਕੋਈ ਪਰਵਾਹ ਨਹੀਂ ਕਰਾਂਗੇ। ਕੋਈ ਸਿੱਖਿਆ ਨਾਲ ਅੱਗੇ ਵੱਧਦਾ ਹੈ ਤਾਂ ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ। ਉਧਰ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਬਹੁਤ ਚੰਗੀ ਪਹਿਲ ਹੈ ਕਿ ਜੋ ਕੀਤੀ ਗਈ ਹੈ, ਕਿਉਂਕਿ ਕੋਰੋਨਾ ਦੇ ਚੱਲਦੇ ਜਦੋਂ ਲੋਕਡਾਊਨ ਲੱਗਾ ਸੀ ਤਾਂ ਉਸ ਸਮੇਂ ਲੋਕਾਂ ਦੇ ਕੋਲ ਇਨਕਮ ਦਾ ਸੋਰਸ ਬਹੁਤ ਘੱਟ ਗਿਆ ਸੀ। ਜੋ ਲੋਕ ਬੇਹੱਦ ਗਰੀਬ ਹਨ, ਲੇਬਰ ਕਰਦੇ ਹਨ, ਉਹਨਾਂ ਦੀ ਇਨਕਮ ਘੱਟ ਹੋਣ ਦੇ ਚੱਲਦਿਆਂ ਉਹ ਇੰਟਰਨੈਟ ਦਾ ਖਰਚਾ ਨਹੀਂ ਉਠਾ ਸਕਦੇ, ਜਿਸ ਦੇ ਚੱਲਦਿਆਂ ਮੁਹੱਲੇ ਦੇ ਬੱਚਿਆਂ ਦੀ ਔਨਲਾਈਨ ਪੜ੍ਹਾਈ ਦੇ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਸਨ ਜੋ ਕਿ ਹੁਣ ਹੱਲ ਹੋ ਗਈਆਂ ਨੇ। ਸਭ ਤੋਂ ਪਹਿਲੀ ਗੱਲ ਤਾਂ ਵੀਰ ਜੀ ਜਿਹੜਾ ਇਹ ਉਪਰਾਲਾ ਕੀਤਾ ਗਿਆ ਪੁਸ਼ਪਿੰਦਰ ਕੁਮਾਰ ਸ਼ਰਮਾ ਜੀ ਸੋਮਾ ਐਮ ਸੀ ਕਹਿੰਦੇ ਆ ਸਾਰੇ ਜਣੇ, ਉਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ, ਕਿਉਂਕਿ ਇਸ ਵਾਰਡ ਦੀ ਜਿਹੜੀ ਵਸੋਂ ਹੈ ਬਹੁਤ ਹੀ ਗਿਣਤੀ ਉਹਨਾਂ ਦੀ ਲੇਬਰ ਕਲਾਸ ਦੀ ਹੈ ਜੀ, ਕਿਉਂਕਿ ਪਿਛਲੇ ਦਿਨੋਂ ਲੋਕਡਾਊਨ 'ਚ ਆਪਾਂ ਸਾਰੇ ਜਾਣਦੇ ਹਾਂ ਕ੍ਰਾਈਸਿਸ ਦੇ ਦੌਰਾਨ ਲੋਕਾਂ ਕੋਲ ਇਨਕਮ ਦਾ ਸੋਰਸ 'ਚ ਬਹੁਤ ਘੱਟ ਗਿਆ ਸੀਗਾ। ਉਹਦੀ ਵਜ੍ਹਾ ਕਰਕੇ ਕਈ ਮਾਪੇ ਆਪਦੇ ਬੱਚਿਆਂ ਨੂੰ ਜਿਹੜੀ ਕਿ ਔਨਲਾਈਨ ਸਿੱਖਿਆ ਅੱਜ ਕੱਲ੍ਹ ਚੱਲ ਰਹੀ ਹੈ ਉਹਦੇ ਵਾਸਤੇ ਡਾਟਾ ਨਹੀਂ ਪ੍ਰੋਵਾਈਡ ਕਰਵਾ ਸਕਦੇ ਸੀ, ਕਿਉਂਕਿ ਲੇਬਰ ਕਲਾਸ ਹੋਣ ਕਰਕੇ ਉਨਾ ਕੀ ਕਮਾਉਣਾ ਉਨਾ ਕੀ ਖਾਣਾ ਜੀ, ਕਈ ਮਹਿੰਗੇ ਮੋਬਾਈਲ ਲੈ ਕੇ ਵੀ ਦੇਣੇ ਨੇ ਔਰ ਡਾਟੇ ਦੀ ਬਹੁਤ ਵੱਡੀ ਸਮੱਸਿਆ ਔਰ ਬਹੁਤ ਵੱਡੀ ਕੰਪਲੇਂਟ ਆ ਰਹੀ ਸੀਗੀ। ਔਰ ਇਹ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਐਮਸੀ ਸਾਹਿਬ ਵੱਲੋਂ ਫ੍ਰੀ ਆਫ ਕਾਸਟ ਬਿਨਾਂ ਕਿਸੇ ਸਰਕਾਰੀ ਮਦਦ ਦੇ ਆਪਦੇ ਪਰਸਨਲ ਖਾਤੇ 'ਚੋਂ ਜਿਹੜਾ ਕਿ ਇਹ ਲੋਕ ਆਪਣੇ ਮੁਹੱਲਾ ਵਾਸੀਆਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਾਈ ਗਈ ਹੈ। ਨੀਅਰ ਅਬਾਊਟ ਜੀ 3000 ਦੇ ਕਰੀਬ ਇਸ ਮੁਹੱਲੇ ਦੀ ਵੋਟ ਹੈ ਔਰ ਜੇ ਆਪਾਂ ਇੱਕ ਘਰ 'ਚ 3 ਤੋਂ 4 ਮੋਬਾਈਲ ਵੀ ਲਾ ਲਈ ਤਾਂ ਉਹਦੇ ਹਿਸਾਬ ਨਾਲ ਕਾਫੀ ਲੋਕ ਹੋ ਸਕਦੇ ਨੇ ਜੀ, ਔਰ ਟੋਟਲ ਸਾਰੇ ਮੁਹੱਲੇ 'ਚ ਫ੍ਰੀ ਆ। ਅਗਰ ਕੋਈ ਬਾਹਰੋਂ ਆ ਕੇ ਵੀ ਇੱਥੇ ਯੂਜ਼ ਕਰਦਾ ਤਾਂ ਉਹਦੇ ਵਾਸਤੇ ਵੀ ਕੋਈ ਇਹਦਾ ਕੋਡ ਨਹੀਂ ਲਾਇਆ ਗਿਆ ਜੀ, ਇਹ ਓਪਨ ਆ ਸਾਰਾ। ਮੁਹੱਲੇ ਵਿੱਚ ਗੋਲਗੱਪੇ ਦਾ ਕੰਮ ਕਰਨ ਵਾਲਾ ਇੱਕ ਪਰਿਵਾਰ ਵੀ ਇਸ ਫ੍ਰੀ ਸੇਵਾ ਤੋਂ ਬੇਹੱਦ ਖੁਸ਼ ਹੈ। ਪਰਿਵਾਰ ਦੀ ਮੈਂਬਰ ਗੀਤਾ ਨੇ ਦੱਸਿਆ ਕਿ ਹਰ ਮਹੀਨੇ ਇੰਟਰਨੈਟ ਦਾ 500 ਤੋਂ 1000 ਰੁਪਏ ਖਰਚਾ ਆਉਂਦਾ ਸੀ, ਹੁਣ ਫ੍ਰੀ ਵਾਈਫਾਈ ਕਾਰਨ ਉਹਨਾਂ ਦਾ ਬੇਟਾ ਵਧੀਆ ਪੜ੍ਹਾਈ ਕਰ ਰਿਹਾ ਹੈ। ਮੈਂ ਕਿ ਉਹ ਜਿਹੜਾ ਪਹਿਲੇ ਪੈਸੇ ਫੜਦੇ ਰਹੇ
देखे हम तो अपन 1500 तो भरना ही पड़ते हैं नेट पे फ्री दे देंगे तो बढ़िया ही काम है मतलब कि बच्चे पढ़ रहे हैं। हाँ जी बच्चे पढ़ रहे हैं। नाल ही स्कूल तो ऑनलाइन सिक्ख्या हासिल कर रही रसनदीप कौर ने दसिया कि पहला सानू इंटरनेट की स्पीड घट मिलती सी जिसके चलते असी ऑनलाइन क्लास लगाने विच काफ़ी मुश्किलों का सामना करते सी क्योंकि जो लाइव वीडियो कॉल सी वह रुक रुक के चलती सी अते हुण जो फ्री वाईफाई मिल रहा है उस नाल स्पीड बेहद ज़्यादा है अते असी आराम नाल ऑनलाइन क्लासेस लगा सकते हैं। साडा मतलब क्लास लगाते ही नैट बिच रुक जाता सी ते कदे चलता ही नहीं सीगा बिल्कुल भी बहुत स्लो स्पीड सी नैट दी ते हुण जिहड़े वाईफाई लगाए जा रहे हैं उन्हां नाल साडे बहुत वधिया पढ़ाई हो रही है ते हुण साडे बहुत वधिया लर्न भी हुंदा गा। मोहल्ला निवासी जगदीप ने दसिया कि फ्री वाईफाई का बच्चों नूं काफ़ी फायदा हो रहा है। पहला बच्चों नूं वख-वख मोबाइलों विच अलग अलग इंटरनेट पैक पवाना पैंदा सी जिस दी गल कीती जावे तां एक परिवार नूं 2000 तक का खर्चा पै जांदा सी हुण बच्चे फ्री वाईफाई नाल एक जगह ते बैठ के आराम नाल पढ़ाई कर सकते हैं। ਇਹ ਜੀ ਇਦਾਂ ਸੀ ਵੀ ਬੱਚਿਆਂ ਨੂੰ ਆਨਲਾਈਨ ਸਟੱਡੀ ਜ਼ਰੂਰੀ ਹੋਈ ਹੋਈ ਆ ਹੁਣ ਅਤੇ ਹਰ ਇੱਕ ਬੱਚੇ ਲਈ ਅਲੱਗ ਅਲੱਗ ਮੋਬਾਈਲ ਦੀ ਲੋੜ ਪੈਂਦੀ ਸੀ ਇੰਨਾ ਅਲੱਗ ਅਲੱਗ ਡਾਟਾ ਦੀ ਲੋੜ ਪੈਂਦੀ ਸੀ ਹੁਣ ਜੀ ਵਾਈਫਾਈ ਹੋਣ ਕਰਕੇ ਸਾਰੇ ਬੱਚੇ ਇਕੱਠੇ ਇੱਕ ਜਗ੍ਹਾ 'ਤੇ ਬੈਠ ਕੇ ਆਰਾਮ ਨਾਲ ਆਪਦਾ ਪੜ੍ਹ ਲੈਂਦੇ ਆ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਜੀ 2000-3000 ਰੁਪਏ ਮਹੀਨੇ ਦਾ ਇੱਕ ਇੱਕ ਪਰਿਵਾਰ ਦਾ ਲੱਗ ਜਾਂਦਾ ਸੀ ਹੁਣ ਉਹ ਬੱਚਿਆਂ ਦਾ ਉਹਦੇ ਨਾਲ ਵਾਈਫਾਈ ਨਾਲ ਸਰਦਾ ਜੀ। ਫਿਲਹਾਲ ਸੰਗਰੂਰ ਦੇ ਧੂਰੀ ਵਿੱਚ ਰਹਿਣ ਵਾਲੇ ਪੁਸ਼ਪਿੰਦਰ ਸ਼ਰਮਾ ਵੱਲੋਂ ਕੀਤੀ ਗਈ ਇਸ ਪਹਿਲ ਦੀ ਚੌਤਰਫਾ ਪ੍ਰਸ਼ੰਸਾ ਹੋ ਰਹੀ ਹੈ ਕਿਉਂਕਿ ਬੇਹੱਦ ਗਰੀਬ ਪਰਿਵਾਰ ਦੇ ਬੱਚੇ ਹੁਣ ਆਨਲਾਈਨ ਕਲਾਸਿਸ ਦਾ ਫ੍ਰੀ ਇੰਟਰਨੈਟ ਦੇ ਨਾਲ ਫਾਇਦਾ ਉਠਾ ਰਹੇ ਹਨ ਅਤੇ ਦੂਜੀ ਵੱਡੀ ਗੱਲ ਪੁਸ਼ਪਿੰਦਰ ਨੇ ਪੂਰਾ ਖਰਚਾ ਆਪਣੀ ਜੇਬ ਤੋਂ ਉਠਾਇਆ ਨਾ ਕੋਈ ਸਰਕਾਰ ਦੀ ਮਦਦ ਹੈ ਅਤੇ ਨਾ ਹੀ ਕੋਈ NGO ਦੀ ਅਜਿਹੇ ਲੋਕਾਂ ਦੇ ਉਪਰਾਲਿਆਂ ਨਾਲ ਹੀ ਦੇਸ਼ ਉੱਨਤੀ ਵੱਲ ਜਾ ਰਿਹਾ ਹੈ। ਸੰਗਰੂਰ ਤੋਂ PBC ਨਿਊਜ਼ ਲਈ ਕੀਰਤੀਪਾਲ ਦੀ ਰਿਪੋਰਟ।